ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਅੱਜ ਲੁਧਿਆਣਾ ਦੇ ਵਿੱਚ ਸਾਂਝਾ ਅਧਿਆਪਕ ਮੋਰਚਾ ਦੇ ਬੈਨਰ ਦੇ ਹੇਠ ਅਧਿਆਪਕ ਯੂਨੀਅਨ ਨੇ ਮਿੰਨੀ ਸਕੱਤਰੇ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਭਾਰੀ ਸੰਖਿਆ ਦੇ ਵਿੱਚ ਅਧਿਆਪਕਾਂ ਦੇ ਨਾਲ ਨਾਲ ਕਿਸਾਨ ਮੁਲਾਜ਼ਮ ਮਜ਼ਦੂਰ ਯੂਨੀਅਨ ਦੇ ਅਹੁਦੇਦਾਰਾਂ ਨੇ ਵੀ ਹਿੱਸਾ ਲਿਆ ਅਤੇ ਜੰਮ ਕੇ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਅਧਿਆਪਕਾਂ ਦਾ ਕਹਿਣਾ ਸੀ ਕਿ ਸਰਕਾਰ ਦੇ ਉੱਤੇ ਵੇਤਨ 65% ਤੱਕ ਕਟੌਤੀ ਕਰਕੇ ਉਹਨਾਂ ਨੇ ਅਧਿਆਪਕ ਨੇਤਾਵਾਂ ਨੂੰ ਸਸਪੈਂਡ ਕੀਤੇ ਜਾਣ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕੱਲ੍ਹ ਮੁੱਖ ਮੰਤਰੀ ਦੇ ਨਾਲ ਉਹਨਾਂ ਦੀ ਮੀਟਿੰਗ ਹੈ ਅਤੇ ਪ੍ਰਦਰਸ਼ਨ ਦਾ ਮੁੱਖ ਮਕਸਦ ਸਰਕਾਰ ਤੇ ਦਬਾਅ ਬਣਾਉਣਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਨੂੰ ਸਸਪੈਂਡ ਕਰਕੇ ਸੱਚ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ। ਉੱਥੇ ਕਿਸਾਨ ਯੂਨੀਅਨ ਦੇ ਨੇਤਾਵਾਂ ਨੇ ਕਿਹਾ ਕਿ ਅੱਜ ਅਸੀਂ ਇਹਨਾਂ ਅਧਿਆਪਕਾਂ ਦੇ ਸਮਰਥਨ ਦੇ ਵਿੱਚ ਆਏ ਹਾਂ ਕਿਉਂਕਿ ਇਹਨਾਂ ਅਧਿਆਪਕਾਂ ਦੇ ਨਾਲ ਧੱਕਾ ਹੋ ਰਿਹਾ ਹੈ। ਉਹਨਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਦੋਂ ਉਹਨਾਂ ਨੂੰ ਪੂਰੀ ਤਨਖਾਹ ਸਾਰੇ ਭੱਤੇ ਸੁਵਿਧਾਵਾਂ ਸਮੇਤ ਪੈਨਸ਼ਨ ਸੰਬੰਧੀ ਲਾਭਾਂ ਅਤੇ ਪਿਛਲੀਆਂ ਸੇਵਾਵਾਂ ਦਾ ਲਾਭ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਸਾਂਝਾ ਅਧਿਆਪਕ ਮੋਰਚਾ ਸੰਘਰਸ਼ ਜਾਰੀ ਰੱਖੇਗਾ। ਹਾਂਜੀ ਸਰ, ਅਸੀਂ 2003 ਤੋਂ ਮਤਲਬ EGS ਵਲੰਟੀਅਰ ਆ, ਪੜ੍ਹਾ ਰਹੇ ਹਾਂ। ਸਾਨੂੰ ਕਿੰਨੇ 14 ਸਾਲ ਹੋ ਗਏ ਪੜ੍ਹਾਉਂਦਿਆਂ ਨੂੰ ਇੱਥੇ, ਪਰ ਸਰਕਾਰ ਨੇ ਅੱਜ ਤੱਕ ਸਾਡੀ ਕੋਈ ਵੀ ਮਤਲਬ ਸੁਣਵਾਈ ਨਹੀਂ ਕੀਤੀ। ਬਹੁਤ ਜ਼ਿਆਦਾ ਸੰਘਰਸ਼ ਕੀਤਾ ਪਰ ਅੱਜ ਵੀ ਸਾਡੀ ਮਤਲਬ ਕੋਈ ਸੁਣਵਾਈ ਨਹੀਂ ਹੈਗੀ। ਸਾਨੂੰ ਪ੍ਰੀ ਪ੍ਰਾਇਮਰੀ ਕਲਾਸਾਂ ਦਿੱਤੀਆਂ ਜਾ ਰਹੀਆਂ ਨੇ। ਤੁਸੀਂ ਇਹ ਸੋਚੋ ਵੀ ਇੰਨੀਆਂ ਜਥੇਬੰਦੀਆਂ ਇੱਥੇ ਬੈਠੀਆਂ ਹੋਈਆਂ, ਐਸੇ ਐਸੇ ਰਮਸਾ ਵਾਲੇ ਜਿਨ੍ਹਾਂ ਨੂੰ ਰੈਗੂਲਰ ਕਰ ਰਹੇ ਆ, ਪਰ ਉਹਨਾਂ ਦੀ ਸੈਲਰੀ ਵੀ ਮਤਲਬ ਦੇਖੋ ਕਿੰਨੀ ਘੱਟ ਕਰ ਰਹੇ ਆ। ਜਦ ਉਹਨਾਂ ਦੀ ਸੈਲਰੀ ਉਹ ਘਟਾ ਰਹੇ ਹੈਗੇ ਆ ਅਤੇ ਸਾਡੀ ਤਾਂ ਫਿਰ 5000 ਆ। ਅਤੇ ਅਸੀਂ ਵੀ ਸਕੂਲਾਂ ਦੇ ਵਿੱਚ ਪ੍ਰੋਪਰ 14-14 ਸਾਲ ਹੋ ਗਏ ਸਾਨੂੰ ਪੜ੍ਹਾਉਂਦਿਆਂ ਨੂੰ, ਪਰ ਹਲੇ ਤੱਕ ਅਸੀਂ ਵੀ ਰੋਲ ਰਹੇ ਹਾਂ। ਸਾਨੂੰ 5000 ਮਿਲਦਾ ਵਾ ਓਨਲੀ, ਅਤੇ ਕੰਮ ਸਾਡੇ ਕੋਲੋਂ ਇੰਨਾ ਜ਼ਿਆਦਾ ਲਿੱਤਾ ਜਾ ਰਿਹਾ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ। ਹਾਂਜੀ ਹਾਂਜੀ, ਕੁਛ ਵੀ ਨਹੀਂ ਸਰ ਬਣਦਾ ਹੈਗਾ, ਕੁਛ ਵੀ ਨਹੀਂ ਬਣ ਰਿਹਾ 5000 ਦੇ ਵਿੱਚ। ਅਸੀਂ ਤਾਂ ਇਹ ਮੰਗ ਕਰ ਰਹੇ ਹਾਂ ਵੀ ਸਾਨੂੰ ਰੈਗੂਲਰ ਕੀਤਾ ਜਾਵੇ। ਜਿਹੜੀਆਂ ਪ੍ਰੀ ਪ੍ਰਾਇਮਰੀ ਦੀਆਂ ਪੋਸਟਾਂ ਸਾਨੂੰ ਦਿੱਤੀਆਂ, ਮਤਲਬ ਪ੍ਰੀ ਪ੍ਰਾਇਮਰੀ ਕਲਾਸਾਂ ਸਾਨੂੰ ਦਿੱਤੀਆਂ ਗਈਆਂ, ਉਹਦੇ ਵਿੱਚ ਸਾਨੂੰ ਰੈਗੂਲਰ ਕੀ। ਸਾਡੇ ਸਾਰੇ ਅਧਿਆਪਕਾਂ ਨਾਲ ਇੰਨਾ ਧੱਕਾ ਹੋ ਰਿਹਾ ਵੈ, ਇੰਨੀਆਂ ਜਥੇਬੰਦੀਆਂ, ਇੰਨੇ ਲੋਕ ਜੇ ਸਾਡੇ ਨਾਲ ਖੜੇ ਆ ਤਾਂ ਸਾਡਾ ਤਕਲੀਫ ਸਾਡਾ ਦੁੱਖ ਦੇਖ ਕੇ ਖੜੇ ਆ। ਹਰੇਕ ਅਧਿਆਪਕ ਨੂੰ ਹਰੇਕ ਸਕੂਲਾਂ ਵਿੱਚ ਦੇਖਿਆ, ਹਰੇਕ ਜਗ੍ਹਾ 'ਤੇ ਸਾਡੇ ਨਾਲ ਐਡੀ ਬੇਇਨਸਾਫੀ ਕੀਤੀ ਜਾ ਰਹੀ ਹੈ। ਸਰਕਾਰ ਨੇ ਵਿਧਾਇਕਾਂ ਨੂੰ ਜਿਹਨੇ ਪਹਿਲਾਂ ਹੀ ਡੇਢ ਲੱਖ ਲੈਂਦੇ ਆ ਫ੍ਰੀ ਦਾ ਖਾਂਦੇ ਆ, ਉਹਨਾਂ ਨੂੰ 2.5-3 ਲੱਖ ਦੇ ਉੱਤੇ ਪਹੁੰਚਾ ਦਿੱਤਾ, ਅਤੇ ਸਾਨੂੰ 5000, 10000, 15000। ਸੋਚਣ ਵਾਲੀ ਗੱਲ ਆ ਵੀ ਜੇ 5000 ਚ ਤਾਂ ਦੁੱਧ ਨਹੀਂ ਬੱਚੇ ਦਾ ਪੂਰਾ ਪੈਂਦਾ, ਅਸੀਂ ਆਪਣੇ ਆਪਣੇ ਘਰ ਚਲਾ ਰਹੇ ਹਾਂ। ਇੰਨੀ ਗੰਦੀ ਅਤੇ ਨਿਕੰਮੀ ਸਰਕਾਰ ਲਿਆ ਕੇ ਅਸੀਂ ਪੜ੍ਹਾਈ ਆ, ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਜੇ ਅਸੀਂ ਇਸ ਸਰਕਾਰ ਨੂੰ ਲਿਆਉਂਦਾ ਵਾ ਨਾ ਤਾਂ ਅਸੀਂ ਉਹ ਜਨਤਾ ਵਾਂ ਇਸ ਸਰਕਾਰ ਨੂੰ ਉਤਾਰ ਵੀ ਸਕਦੇ ਹਾਂ। ਇਹ ਸਰਕਾਰ ਆਪਣੇ ਆਪ ਨੂੰ ਸੋਚ ਕੇ ਚੱਲੇ ਵੀ ਜੇ ਅਧਿਆਪਕ ਦੁਨੀਆ ਆਪਣੇ ਪੂਰੇ ਸਿਰਜਦਾ ਨਾ ਇਹਨੂੰ ਸੰਸਾਰ ਨੂੰ, ਆਪਣੀਆਂ ਜਿਹੜੇ ਬੱਚਿਆਂ ਨੂੰ, ਇਹਨਾਂ ਨੂੰ ਅਧਿਆਪਕ ਬਣਾਉਣ ਵਾਲੇ ਅਸੀਂ ਹਾਂ, ਅਤੇ ਅਸੀਂ ਇਹਨਾਂ ਸਰਕਾਰਾਂ ਨੂੰ ਡਿਗਾ ਵੀ ਸਕਦੇ ਹਾਂ। ਸਰਕਾਰ ਦੇਖੋ, ਅਸੀਂ ਲਗਾਤਾਰ SSC ਰਮਸਾ ਦੇ ਅੰਡਰ 2009 ਤੋਂ ਭਰਤੀ ਹੋਏ ਹੋਏ ਹਾਂ, ਅਤੇ ਸਾਂਝੇ ਮੋਰਚੇ ਦੇ ਬੈਨਰ ਹੇਠ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ।
ਤੇ ਸਾਨੂੰ ਇਹ ਕਿਹਾ ਜਾ ਰਿਹਾ ਵਾ ਕਿ 42,000 ਤੁਹਾਡੀ 800 ਤਨਖਾਹ ਹੈ ਤੇ ਤੁਸੀਂ 15,300 ਲੈ ਲਓ ਤੇ ਕਲਿੱਕ ਕਰੋ। ਕਈ ਸਾਡੇ ਸਾਥੀ ਜਿਹੜੇ ਉਹ ਚਲੋ ਕਲਿੱਕ ਕਰ ਵੀ ਗਏ ਆ ਤੇ ਉਹ ਵੀ ਮਜਬੂਰੀਆਂ ਸੀਗੀਆਂ ਕਿ ਸਰਕਾਰ ਨੇ ਕਿਹਾ ਕੀ ਹੈ ਕਿ ਤੁਹਾਨੂੰ ਜੇ ਤੁਸੀਂ ਇੱਥੇ ਨੇੜੇ ਬੈਠੇ ਹੋ ਆਪਣੀ ਜਗ੍ਹਾ ਦੇ ਪੋਸਟ ਤੇ ਤਾਂ ਤੁਹਾਨੂੰ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਜਲੰਧਰ, ਤਰਨ ਤਾਰਨ, ਇੱਦਾਂ ਹੀ ਲੁਧਿਆਣੇ ਤੋਂ ਜਲੰਧਰ, ਤਰਨ ਤਾਰਨ, ਇੱਦਾਂ ਦੂਰ ਦੂਰ ਜ਼ਿਲ੍ਹਿਆਂ ਦੇ ਵਿੱਚ ਬਦਲੀਆਂ ਕਰ ਦਿੱਤੀਆਂ ਗਈਆਂ ਨੇਗੀਆਂ ਤੇ ਸਾਡਾ ਜਿਹੜਾ ਅੱਜ ਦਾ ਧਰਨਾ ਹੈ ਉਹ ਅਸੀਂ ਕੱਲ੍ਹ ਨੂੰ ਜਿਹੜੀ ਸਾਡੀ ਮੀਟਿੰਗ ਹੋ ਰਹੀ ਹੈ ਮੁੱਖ ਮੰਤਰੀ ਦੇ ਨਾਲ ਉਹਦੇ ਤੇ ਦਬਾਅ ਪਾਉਣ ਦੇ ਲਈ ਧਰਨਾ ਲਗਾ ਰਹੇ ਹਾਂ ਕਿ ਸਾਡੀਆਂ ਜਿਹੜੀਆਂ ਸੇਵਾਵਾਂ ਨੇਗੀਆਂ ਉਹ ਪੂਰੀ ਤਨਖਾਹ ਦੇ ਵਿੱਚ ਰੈਗੂਲਰ ਕੀਤੀਆਂ ਜਾਣ। ਸਾਡਾ ਸੰਘਰਸ਼ ਹੋਰ ਤਿੱਖਾ ਹੋਵੇਗਾ ਜੀ, ਜਿਵੇਂ ਸਾਡੀ ਯੂਨੀਅਨ ਕਹੇਗੀ ਅਸੀਂ ਉਦਾਂ ਦਾ ਹੀ ਸੰਘਰਸ਼ ਕਰਾਂਗੇ ਸਾਂਝੇ ਮੋਰਚੇ ਦੇ ਬੈਨਰ ਹੇਠ, ਕਿਉਂਕਿ ਸਾਡੇ ਨਾਲ ਸਾਰੀਆਂ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਸਾਰਾ ਪੰਜਾਬ ਸਾਡੇ ਨਾਲ ਇਕੱਠਾ ਹੋ ਗਿਆ ਵਾ। ਜਿਵੇਂ ਇਹ ਅੱਗੇ ਸੰਘਰਸ਼ ਲਿਖਣਗੇ ਅਸੀਂ ਪੂਰਾ ਇਹਨਾਂ ਦਾ ਸਾਥ ਦੇਵਾਂਗੇ। ਬੱਚਿਆਂ ਦੇ ਜਿਹੜੇ ਹੈਗੇ ਬੱਚੇ ਵੀ ਨਾਲ ਦੇਖੇ ਜਾ ਰਹੇ ਨੇ, ਕਿਉਂ ਲੈ ਕੇ ਆਏ ਹੋ, ਕੀ ਕਾਰਨ? ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ, ਮੈਂ ਅਮਰਜੀਤ ਸਿੰਘ ਸਜਦੁਕੇ, ਜ਼ਿਲ੍ਹਾ ਪ੍ਰਧਾਨ ਮੋਗਾ। ਅਸੀਂ ਅੱਜ ਅਧਿਆਪਕਾਂ ਦੇ ਸਾਂਝੇ ਮੋਰਚੇ ਦੀ ਹਮਾਇਤ ਕਰਨ ਵਾਸਤੇ ਆਏ ਹਾਂ, ਕਿਉਂਕਿ ਸਾਡੇ ਇਹਨਾਂ ਬੱਚਿਆਂ ਦਾ, ਸਾਡੀ ਜਿਹੜੀ ਸਰਕਾਰ ਆ ਉਹ ਰੁਜ਼ਗਾਰ ਖੋ ਰਹੀ ਆ, ਕਿਉਂਕਿ ਤਨਖਾਹਾਂ 'ਚ ਇਹਨਾਂ ਦੇ ਬਹੁਤ ਵੱਡੀ ਕਟੌਤੀ ਕਰਤੀ, 42,300 ਤੋਂ 15,300 ਕਰਤਾ। ਪਰ ਸਾਡੇ ਦੇਸ਼ ਦੇ ਰਾਜਕਰਤਾ ਲੋਕ ਆਪਦੀਆਂ ਤਨਖਾਹਾਂ 2.5-2.5 ਗੁਣੇ ਵਧਾ ਰਹੇ ਆ। ਸਿੱਧਾ ਤਾਂ ਸਪਸ਼ਟ ਆ ਕਿ ਸਾਡੇ ਜਿਹੜੇ ਗਰੀਬ ਲੋਕਾਂ ਕੋਲ ਸਿੱਖਿਆ ਵਿੱਦਿਆ ਉਹਨੂੰ ਖੋਣ ਜਾ ਰਹੇ ਆ, 800 ਸਕੂਲ ਆ ਜਿਹੜਾ ਉਹ ਬੰਦ ਕਰਨ ਜਾ ਰਹੇ ਆ। ਜਿਹੜੀ ਇਹ ਨੀਤੀ ਸਾਡੇ ਅਧਿਆਪਕਾਂ 'ਤੇ ਚਲਾਈ ਜਾ ਰਹੀ ਆ, ਇਹੀ ਨੀਤੀ ਸਾਡੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਕਰਜ਼ੇ ਦੀ ਦਲਦਲ ਥੱਲੇ ਨੱਪਣ ਦੇ ਜਿਹੜਾ ਜ਼ਿੰਮੇਵਾਰ ਆ, ਇਹੀ ਨੀਤੀ ਦੇ ਕਾਰਨ ਸਾਡਾ ਅੱਜ ਕਿਸਾਨ ਖੁਦਕੁਸ਼ੀਆਂ ਕਰ ਰਿਹਾ। ਜਿਹੜਾ ਅੱਜ ਸਾਡਾ ਕਿਸਾਨ ਪਾਣੀ 'ਚ ਡੁੱਬ ਕੇ ਜਾਣੀ ਦੀ ਮਰ ਰਿਹਾ। ਸੋ ਇਹ ਜਿਹੜੀ ਨੀਤੀ ਆ ਇਹਨੂੰ ਅਸੀਂ ਮੂੰਹ ਤੋੜਵਾਂ ਜਵਾਬ ਦੇਵਾਂਗੇ, ਕਿਉਂਕਿ ਸਾਡਾ ਆਉਣ ਵਾਲਾ ਜਿਹੜਾ ਭਵਿੱਖ ਆ ਸਾਡੇ ਬੱਚਿਆਂ ਦਾ, ਜੇ ਸਰਕਾਰੀ ਅਦਾਰੇ ਨਾ ਰਹੇ ਤਾਂ ਸਰਕਾਰੀ ਨੌਕਰੀਆਂ ਨੇ ਵੀ ਨਹੀਂ ਰਹਿਣਾ। ਸਾਨੂੰ ਦੀਦਾ ਇਹ ਅਧਿਆਪਕਾਂ ਦੀ ਲੜਾਈ ਨਹੀਂ, ਸਾਡੀ ਆਪ ਦੀ ਲੜਾਈ ਆ। ਸਾਡੇ ਬੱਚਿਆਂ ਦਾ ਭਵਿੱਖ ਆ ਜਿਹੜਾ ਧੁੰਦਲਾ ਆਉਣ ਵਾਲਾ, ਅਸੀਂ ਦੱਬ ਕੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ। ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦੇ ਵਰਕਰ ਹਾਂ, ਅਸੀਂ ਅਧਿਆਪਕਾਂ ਦੇ ਸਾਂਝੇ ਮੋਰਚੇ ਦਾ ਸਾਥ ਦੇ ਰਹੇ ਹਾਂ, ਜਿਹੜਿਆਂ ਤੋਂ ਤਨਖਾਹਾਂ ਦੀ ਕਟੌਤੀ ਆ, ਜਿਹਨਾਂ ਨੂੰ ਰੈਗੂਲਰ ਨਹੀਂ ਕਰ ਰਹੀ ਸਰਕਾਰ, ਪੂਰਾ ਪੀਰੀਅਡ ਹੋ ਗਿਆ 2017 'ਚ, ਜਿਹਨਾਂ ਨੂੰ ਜਾਣਦੀ ਸਰਕਾਰ ਸੁਸਾਇਟੀਆਂ 'ਚੋਂ ਕੱਢ ਕੇ ਵਿੱਦਿਆ ਵਿਭਾਗ 'ਚ ਨਹੀਂ ਲਿਆ ਰਹੀ। ਅਸੀਂ ਉਹਨਾਂ ਬੱਚਿਆਂ ਦੀ ਲੜਾਈ ਦੇ ਨਾਲ ਹੈ। ਅਸੀਂ ਆਪਣੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਵਿਸ਼ਵਾਸ ਵੀ ਦਿਵਾਉਂਦੇ ਹਾਂ ਵੀ ਜਿੰਨਾ ਚਿਰ ਇਸ ਲੜਾਈ ਨੂੰ ਅਸੀਂ ਜਿੱਤ ਤੱਕ ਨਹੀਂ ਲੈ ਕੇ ਜਾਂਦੇ, ਉਹਨਾਂ ਚਿਰ ਇਹਨਾਂ ਬੱਚਿਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਾਂਗੇ। ਲੁਧਿਆਣਾ ਤੋਂ ਰਾਮਕ੍ਰਿਸ਼ਨ ਅਰੋੜਾ ਦੀ ਰਿਪੋਰਟ, ਦਿਵਿਆ ਪੰਜਾਬ ਟੀਵੀ।